ਜੇਕਰ ਤੁਹਾਡਾ ਵੀ ਪੀਐਮ ਕਿਸਾਨ ਯੋਜਨਾ ਮੋਦੀ ਵਾਲਾ 2000 ਰੁਪਇਆ ਖਾਤਿਆਂ ਦੇ ਵਿੱਚ ਨਹੀਂ ਆ ਰਿਹਾ ਜਾਂ ਹੋਰ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਆ ਇਸ ਯੋਜਨਾ ਦੇ ਤਹਿਤ ਤਾਂ ਇਸ ਵੀਡੀਓ ਨੂੰ ਅੰਤ ਤੱਕ ਜਿਹੜਾ ਦੇਖ ਲਿਓ ਤੇ ਇਸ ਵੀਡੀਓ ਨੂੰ ਜਲਦੀ-ਜਲਦੀ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਵੀਰ ਭੈਣ ਭਰਾ ਦਾ ਭਲਾ ਹੋ ਸਕੇ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤਾਂ ਜੋ ਜੜੀਆਂ ਕੋਈ ਵੀ ਜਾਣਕਾਰੀ ਤੁਹਾਡੇ ਕੋਲੋਂ ਮਿਸ ਨਾ ਹੋਵੇ ਹਰ ਰੋਜ਼ ਆਪਾਂ ਜੜੀਆਂ ਚੰਗੀਆਂ ਜਾਣਕਾਰੀਆਂ ਆਪਣੇ ਪੇਜ ਤੇ ਲੈ ਕੇ ਆਉਂਦੇ ਰਹਿੰਦੇ ਹਾਂ ਸੋ ਕਿਰਪਾ ਕਰਕੇ ਪੇਜ ਨੂੰ ਫੋਲੋ ਕਰ ਲਿਓ ਸੋ ਮੇਰੇ ਵੀਰੋ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਈਆਂ ਵੀਰਾਂ ਦਾ ਜਿਹੜਾ ਪੀਐਮ ਕਿਸਾਨ ਯੋਜਨਾ ਦੇ ਤਹਿਤ 2000 ਰੁਪਇਆ ਕਾਫੀ ਟਾਈਮ ਦਾ ਰੁਕਿਆ ਹੋਇਆ ਹੈ ਜਾਂ ਕਈਆਂ ਵੀਰਾਂ ਦਾ ਆ ਗਿਆ ਹੈ ਜਿਨ੍ਹਾਂ ਦਾ ਇਹ 2000 ਰੁਪਇਆ ਆ ਗਿਆ ਹੈ ਉਹ ਵੀ ਵੀਡੀਓ ਦੇਖ ਲੈਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਇਹ ਵੀਡੀਓ ਕੰਮ ਆ ਸਕਦੀ ਆ ਸੋ ਜਿਨ੍ਹਾਂ ਦਾ ਨਹੀਂ ਆਇਆ ਉਹ ਤਾਂ ਜਰੂਰ ਦੇਖਣ ਤੇ ਸੇਵ ਕਰਕੇ ਰੱਖ ਲੈਣ ਤੇ ਸ਼ੇਅਰ ਕਰ ਦੇਣ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪ੍ਰੋਸੈਸ ਦੱਸਣ ਜਾ ਰਹੇ ਆ ਜਿੱਥੋਂ ਜਿਹੜਾ ਤੁਸੀਂ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਜਿਹੜਾ 2000 ਰੁਪਇਆ ਪੀਐਮ ਕਿਸਾਨ ਯੋਜਨਾ ਵਾਲਾ ਕਿਉਂ ਨਹੀਂ ਆ ਰਿਹਾ ਸੋ ਸਭ ਤੋਂ ਪਹਿਲਾਂ ਮੇਰੇ ਵੀਰੋ ਆਪਣਾ ਜਿਹੜਾ ਤੁਸੀਂ ਮੋਬਾਈਲ ਦੇ ਵਿੱਚ Google Chrome Chrome browser ਆ ਜਿਹੜਾ ਉਸ ਨੂੰ ਓਪਨ ਕਰ ਲੈਣਾ ਜਦੋਂ ਤੁਸੀਂ ਆਪਣੇ ਮੋਬਾਈਲ ਦੇ ਵਿੱਚ Chrome browser ਜਦੋਂ ਓਪਨ ਕਰ ਲੋਗੇ ਉਸ ਦੇ ਵਿੱਚ ਤੁਸੀਂ ਸਰਚ ਕਰਨਾ PM ਕਿਸਾਨ ਸਟੇਟਸ ਜਦੋਂ ਤੁਸੀਂ PM ਕਿਸਾਨ ਸਟੇਟਸ ਸਰਚ ਕਰੋਗੇ ਤੁਹਾਡੇ ਸਾਹਮਣੇ ਇੱਕ ਪੋਰਟਲ ਖੁੱਲ ਜਾਊਗਾ ਉਥੇ ਪੀਐਮ ਕਿਸਾਨ ਬੈਨੀਫਿਸ਼ਰੀ ਸਟੇਟਸ ਨਾਓ ਯੂਅਰ ਨਾਓ ਯੂਅਰ ਸਟੇਟਸ ਪੀਐਮ ਕਿਸਾਨ ਹੁਣ ਜਿਹੜਾ ਨਾਓ ਯੂਅਰ ਸਟੇਟਸ ਪੀਐਮ ਕਿਸਾਨ ਆ ਇਸ অপਸ਼ਨ ਨੂੰ ਮੇਰੇ ਵੀਰੋ ਤੁਸੀਂ ਕਲਿੱਕ ਕਰ ਲੈਣਾ ਜਦੋਂ ਇਸ অপਸ਼ਨ ਨੂੰ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇੱਕ ਪੋਰਟਲ ਖੁੱਲਜੂਗਾ ਫੋਲਡਰ ਖੁੱਲਜੂਗਾ ਨਾਓ ਯੂਅਰ ਰਜਿਸਟ੍ਰੇਸ਼ਨ ਨੰਬਰ ਇੱਥੇ ਜਿਹੜਾ ਤੁਸੀਂ ਆਪਣਾ ਰਜਿਸਟ੍ਰੇਸ਼ਨ ਨੰਬਰ ਪਰ ਨਾ ਜਦੋਂ ਤੁਸੀਂ ਫਾਰਮ ਭਰਿਆ ਹੀ ਤੁਹਾਨੂੰ ਇੱਕ ਰਜਿਸਟ੍ਰੇਸ਼ਨ ਨੰਬਰ ਮਿਲਦਾ ਹੈ ਉਹ ਨੰਬਰ ਤੁਸੀਂ ਇਸ ਜਗ੍ਹਾ ਤੇ ਭਰ ਦੇਣਾ ਜੇਕਰ ਤੁਹਾਨੂੰ ਉਹ ਰਜਿਸਟ੍ਰੇਸ਼ਨ ਨੰਬਰ ਨਹੀਂ ਪਤਾ ਤਾਂ ਵੀਡੀਓ ਨਾਲ ਜੁੜੇ ਰਹੋ ਉਸ ਦਾ ਵੀ ਹੱਲ ਆਪਾਂ ਇਸ ਵੀਡੀਓ ਦੇ ਵਿੱਚ ਦੱਸ ਦੇਾਂਗੇ ਉਸ ਰਜਿਸਟ੍ਰੇਸ਼ਨ ਨੰਬਰ ਨੂੰ ਭਰਨ ਤੋਂ ਬਾਅਦ ਤੁਸੀਂ ਕੈਪਚਾ ਭਰ ਦੇਣਾ ਕੈਪਚਾ ਭਰਨ ਤੋਂ ਬਾਅਦ ਤੁਸੀਂ ਗੈਟ ਓਟੀਪੀ ਭਰ ਦੇਣਾ ਹੁਣ ਗੈਟ ਓਟੀਪੀ ਜਿਹੜਾ ਨੰਬਰ ਤੁਸੀਂ ਜਦੋਂ ਫਾਰਮ ਭਰਿਆ ਸੀ ਇੱਥੇ ਜਿਹੜਾ ਤੁਸੀਂ ਨੰਬਰ ਲਾਇਆ ਸੀਗਾ ਉਸ ਨੰਬਰ ਤੇ ਤੁਹਾਨੂੰ ਇੱਕ OTP ਜਾਊਗਾ ਉਸ OTP ਨੂੰ ਭਰ ਕੇ ਤੁਸੀਂ ਇਸ ਨੂੰ ਲੌਗਇਨ ਕਰ ਲੈਣਾ ਜੇਕਰ ਤੁਹਾਡੇ ਕੋਲੇ ਰਜਿਸਟ੍ਰੇਸ਼ਨ ਨੰਬਰ ਨਹੀਂ ਹੈਗਾ ਤਾਂ ਤੁਸੀਂ ਨਾਓ ਯੂਅਰ ਰਜਿਸਟ੍ਰੇਸ਼ਨ ਨੰਬਰ ਉਪਲਬਧ ਪਾਸੇ ਇੱਕ ਆਪਸ਼ਨ ਆ ਰਹੀ ਆ ਉਸ ਨੂੰ ਕਲਿੱਕ ਕਰ ਲੈਣਾ ਜਦੋਂ ਤੁਸੀਂ ਉਸ ਨੂੰ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇੱਕ ਫੋਲਡਰ ਖੁੱਲ ਜਾਊਗਾ ਸਰਚ ਬਾਏ ਮੋਬਾਈਲ ਨੰਬਰ ਜਾਂ ਆਧਾਰ ਨੰਬਰ ਉੱਥੇ ਜੇਕਰ ਤੁਹਾਨੂੰ ਮੋਬਾਈਲ ਨੰਬਰ ਯਾਦ ਆ ਤਾਨੂੰ ਪਤਾ ਵਾ ਮੋਬਾਈਲ ਨੰਬਰ ਮੋਬਾਈਲ ਨੰਬਰ ਭਰ ਕੇ ਕੈਪਚਾ ਭਰ ਕੇ ਗੈਟ ਮੋਬਾਈਲ ਨੋ ਓਟੀਪੀ ਤੇ ਕਲਿੱਕ ਕਰ ਦੇਣਾ ਤੇ ਤੁਸੀਂ ਇਸ ਨੂੰ ਲੌਗਇਨ ਕਰ ਲੈਣਾ ਜੇਕਰ ਤੁਹਾਡੇ ਕੋਲ ਆਧਾਰ ਕਾਰਡ ਆ ਤਾਂ ਤੁਸੀਂ ਆਧਾਰ ਕਾਰਡ ਭਰ ਕੇ ਕੈਪਚਾ ਭਰ ਕੇ ਗੈਟ ਓਟੀਪੀ ਤੇ ਕਰਕੇ ਇਹ ਕੋਟੀਪੀ ਭਰ ਕੇ ਇਸ ਨੂੰ ਲੌਗਇਨ ਕਰ ਲੈਣਾ ਜਦੋਂ ਤੁਸੀਂ ਇਸ ਨੂੰ ਲੌਗਇਨ ਕਰ ਲੋਗੇ ਤੁਹਾਡੇ ਸਾਹਮਣੇ ਇੱਕ ਫੋਲਡਰ ਖੁੱਲ ਜਾਊਗਾ ਐਲੀਜੀਬਿਲਟੀ ਸਟੇਟਸ ਜਿਹੜਾ ਤੁਹਾਡਾ ਸਾਰਾ ਅਕਾਊਂਟ ਮਤਲਬ ਕਿ ਜਿਹੜਾ ਤੁਸੀਂ ਆਧਾਰ ਨੰਬਰ ਭਰਿਆ ਹੋਊਗਾ ਜਾਂ ਮੋਬਾਈਲ ਨੰਬਰ ਜਿਸ ਦੇ ਬੇਸ ਤੇ ਤੁਹਾਡਾ ਫਾਰਮ ਭਰਿਆ ਸਾਰਾ ਸਟੇਟਸ ਤੁਹਾਡੇ ਸਾਹਮਣੇ ਖੁੱਲ ਜਾਊਗਾ ਇੱਥੇ एलिजिਬਿਲਟੀ ਸਟੇਟਸ ਆ ਰਿਹਾ ਲੈਂਡ ਸੀਡਿੰਗ ਜੇਕਰ ਉਹ ਗ੍ਰੀਨ ਆ ਤਾਂ ਇੱਥੇ ਤੁਹਾਡੀ ਕੋਈ ਪ੍ਰੋਬਲਮ ਨਹੀਂ ਅੱਗੇ ਜੇਕਰ ਆਧਾਰ ਕਾ ਆਧਾਰ ਬੈਂਕ ਅਕਾਊਂਟ ਸੀਡਿੰਗ ਸਟੇਟਸ ਜੇਕਰ ਉਹ ਵੀ ਗ੍ਰੀਨ ਆ ਤੇ ਕੋਈ ਪ੍ਰੋਬਲਮ ਨਹੀਂ ਜੇਕਰ ਈ ਕੇਵਾਈਸੀ ਸਟੇਟਸ ਜੇਕਰ ਉਹ ਵੀ ਗ੍ਰੀਨ ਆ ਯੈਸ ਆ ਤੇ ਕੋਈ ਪ੍ਰੋਬਲਮ ਨਹੀਂ ਪਰ ਜੇਕਰ ਇਹਨਾਂ ਦੇ ਵਿੱਚੋਂ ਕੋਈ ਵੀ ਰੈੱਡ ਆ ਮੰਨ ਕੇ ਚੱਲੋ ਲੈਂਡ ਸੀਡਿੰਗ ਤੁਹਾਡਾ ਰੈੱਡ ਆ ਤਾਂ ਉਸ ਤੇ ਲਈ ਜਿਹੜਾ ਤੁਹਾਨੂੰ ਆ ਆਪਣੇ ਨੇੜੇ ਖੇਤੀ ਜਿਹੜਾ ਦਫ਼ਤਰ ਆ ਤੁਹਾਡਾ ਜੋ ਵੀ ਆ ਉੱਥੇ ਜਾ ਕੇ ਤੁਹਾਨੂੰ ਆਪਣੀ ਜਿਹੜੀ ਫਰਦ ਜਮ੍ਹਾਂ ਕਰਵਾਉਣੀ ਪਵੇਗੀ ਜੇਕਰ ਤੁਹਾਡਾ ਈ ਕੇਵਾਈਸੀ ਜਾਂ ਤੁਹਾਡਾ ਜਿਹੜਾ ਬੈਂਕ ਅਕਾਊਂਟ ਰੈੱਡ ਆ ਤਾਂ ਉੱਥੇ ਜਿਹੜਾ ਤੁਸੀਂ ਆਪਣਾ ਬੈਂਕ ਅਕਾਊਂਟ ਦੇ ਆਉਣਾ ਵਾ ਜੋ ਵੀ ਫਾਰਮ ਆ ਜਾਂ ਈ ਕੇਵਾਈਸੀ ਜਾਂ ਜਿਹੜਾ ਤੁਸੀਂ ਆਪਣਾ ਆਧਾਰ ਕਾਰਡ ਉਸ ਨੂੰ ਉੱਥੇ ਖੇਤੀਬਾੜੀ ਜਿਹੜਾ ਆਪਣਾ ਦਫ਼ਤਰ ਆ ਸ਼ਹਿਰ ਦਾ ਜਾਂ ਜੋ ਵੀ ਤੁਹਾਡਾ ਪ੍ਰੋਸੈਸ ਆ ਉਸ ਜਗ੍ਹਾ ਤੇ ਜਿਹੜਾ ਜਮ੍ਹਾਂ ਕਰਵਾਉਣਾ ਤੇ ਇਸ ਨੂੰ ਪ੍ਰੋਸੈਸ ਨੂੰ ਕੰਪਲੀਟ ਕਰਵਾ ਲੈਣਾ ਸੋ ਮੇਰੇ ਵੀਰੋ ਇਹੀ ਕੁਝ ਆਪਸ਼ਨਾਂ ਹੁੰਦੀਆਂ ਨੇ ਜਿੰਨਾ ਕਰਕੇ ਜਿਹੜਾ 2000 ਰੁਪਿਆ ਰੁਕ ਜਾਂਦਾ ਪੀਐਮ ਕਿਸਾਨ ਯੋਜਨਾ ਵਾਲਾ ਜਿਹੜੇ ਪੈਸੇ ਰੁਕ ਜਾਂਦੇ ਹਨ ਸੋ ਇਹ ਵੀਡੀਓ ਬਹੁਤ ਨਵੇਕਲੀ ਆ ਮੇਰੇ ਵੀਰੋ ਬਹੁਤ ਕੰਮ ਆਉਣ ਵਾਲੀ ਆ ਜੇਕਰ ਤੁਹਾਡਾ 2000 ਰੁਪਿਆ ਆ ਰਿਹਾ ਹੈ ਤਾਂ ਕਿਰਪਾ ਕਰਕੇ ਫਿਰ ਵੀ ਵੀਡੀਓ ਸ਼ੇਅਰ ਕਰ ਦੋ ਕੋਈ ਮੇਰਾ ਵੀਰ ਜਿਹੜਾ ਇਹ ਕੰਮ ਆਪਣਾ ਪੂਰਾ ਕਰ ਲੂਗਾ ਤੇ ਉਸ ਦਾ ਫਾਇਦਾ ਹੋ ਜੂਗਾ ਸੋ ਆਪਾਂ ਆਪਣਾ ਫਰਜ਼ ਨਿਭਾ ਦਿੱਤਾ ਹੈ ਤੁਸੀਂ ਆਪਣਾ ਫਰਜ਼ ਨਿਭਾਉਂਦੇ ਹੋਏ ਇਸ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਜਿਹੜੀਆਂ ਆਉਣ ਵਾਲੀਆਂ ਜਾਣਕਾਰੀਆਂ ਸਹੀ ਸਮੇਂ ਧੜ ਤੱਕ ਪਹੁੰਚਦੀਆਂ ਰਹਿਣ ਮੇਰੇ ਵੀਰੋ ਸ਼ੇਅਰ ਵਾਲਾ ਬਟਨ ਦੱਬੀ ਚੱਲੋ ਜੇਕਰ ਸ਼ੇਅਰ ਕਰਨਾ ਕਿਸੇ ਦਾ ਭਲਾ ਹੁੰਦਾ ਤਾਂ ਸ਼ੇਅਰ ਕਰੀ ਚੱਲੋ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕਸ ਫॉर ਵਾਚਿੰਗ ਸასი ਕਾਲ ਜੀ